ਸਤਿ ਸ਼੍ਰੀ ਅਕਾਲ ਪੰਜਾਬੀ ਖਬਰਾਂ ਦੇ ਇਸ ਬੁਲਟਿਨ 'ਚ ਮੈਂ ਰਮਨ ਬਾਜਵਾ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਬੁਲਟਿਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ 'ਤੇ। ਕੋਰੋਨਾ ਵਾਇਰਸ ਨੂੰ ਲੈ ਕੇ ਵਿਗਿਆਨੀ ਨੇ ਹਾਸਲ ਕੀਤੀ ਕਾਮਯਾਬੀ। ਚੀਨ ਦੇ ਖੋਜਾਰਥੀਆਂ ਦੀ ਟੀਮ ਨੇ ਕੋਰੋਨਾ ਵਾਇਰਸ ਦੀ ਬਣਤਰ ਦੀ ਤਸਵੀਰ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਾ ਸਿਰਫ ਪ੍ਰਸ਼ਾਸਨ ਦੇ ਸਭ ਵਿਭਾਗਾਂ, ਸਕੂਲਾਂ, ਕਾਲਜਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲੈਣ ਤੇ ਤੁਰੰਤ ਰੋਕ ਲਗਾਈ। ਪ੍ਰਸ਼ਾਸਕ ਨੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਬਾਇਓਮੈਟ੍ਰਿਕ ਇਸਤੇਮਾਲ ਨਾ ਕਰਨ ਦੀ ਦਿੱਤੀ ਸਲਾਹ। ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਵੀ ਦਿੱਤੀ ਦਸਤਕ। ਇਟਲੀ ਤੋਂ ਵਾਪਸ ਆਏ ਹੁਸ਼ਿਆਰਪੁਰ ਦੇ 3 ਸ਼ੱਕੀ ਮਰੀਜ਼ਾਂ 'ਚੋਂ 2 ਦੀ ਪ੍ਰੀਲਿਮਨਰੀ ਟੈਸਟ ਰਿਪੋਰਟ ਪਾਜ਼ੇਟਿਵ। ਵਧੇਰੇ ਪੁਸ਼ਟੀ ਲਈ ਪੁਣੇ ਭੇਜੇ ਗਏ ਸੈਂਪਲ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦਿੱਤੀ ਜਾਣਕਾਰੀ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਤੇ ਰਿਸਰਚ ਕਰ ਰਹੇ ਨੇ ਤਾਂ ਕਿ ਇਸ ਦੀ ਅਸਲ ਬਣਤਰ ਦਾ ਪਤਾ ਲੱਗ ਸਕੇ। ਇਸੇ ਕੜੀ ਵਿੱਚ ਖੋਜਕਰਤਾਵਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੋਰੋਨਾ ਵਾਇਰਸ ਜਦੋਂ ਕਿਸੇ ਸੈੱਲ ਨੂੰ ਸੰਕਰਮਿਤ ਕਰਦਾ ਹੈ ਤਾਂ ਉਸ ਸਮੇਂ ਸੈੱਲ ਦੀ ਕੀ ਸਥਿਤੀ ਰਹਿੰਦੀ ਹੈ, ਵਿਗਿਆਨੀਆਂ ਨੂੰ ਇਸ ਦੀ ਤਸਵੀਰ ਕੈਦ ਕਰਨ ਵਿੱਚ ਕਾਮਯਾਬੀ ਮਿਲੀ। ਡੇਲੀ ਮੇਲ ਦੀ ਇੱਕ ਰਿਪੋਰਟ ਮੁਤਾਬਿਕ ਦੱਖਣੀ ਚੀਨ ਦੇ ਸ਼ੇਨਜ਼ੇਨ 3 ਹਸਪਤਾਲ ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਇਸ ਤਰ੍ਹਾਂ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ ਜੋ ਇਹ ਦੱਸਦੀ ਹੈ ਕਿ ਕੋਰੋਨਾ ਵਾਇਰਸ ਅਸਲ ਵਿੱਚ ਕਿਹੋ ਜਿਹਾ ਦਿਖਾਈ ਦਿੰਦਾ ਹੈ। ਖੋਜਕਰਤਾਵਾਂ ਦੀ ਇਹ ਕੋਸ਼ਿਸ਼ ਇਸ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਰਾਹੀਂ ਉਹਨਾਂ ਨੂੰ ਭਵਿੱਖ ਵਿੱਚ ਕੋਰੋਨਾ ਵਾਇਰਸ ਦੀ ਪਛਾਣ ਕਰਨ ਅਤੇ ਇਸ ਨਾਲ ਸੰਬੰਧਿਤ ਖੋਜ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਇਸ ਖੋਜ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਨੂੰ ਰੋਕਣ ਲਈ ਟੀਕਾ ਬਣਨ ਦੀਆਂ ਉਮੀਦਾਂ ਹੋਰ ਵੀ ਵੱਧ ਗਈਆਂ ਨੇ। ਖੋਜਕਰਤਾਵਾਂ ਨੇ ਇਹ ਤਸਵੀਰ ਫਰੋਜ਼ਨ ਇਲੈਕਟ੍ਰੋਨ ਮਾਈਕਰੋਸਕੋਪ ਐਨਾਲਾਈਸਿਸ ਟੈਕਨੋਲੋਜੀ ਦੀ ਸਹਾਇਤਾ ਨਾਲ ਲਈ ਹੈ। ਇਹ ਤਸਵੀਰ ਸ਼ੇਨਜ਼ੇਨ ਨੈਸ਼ਨਲ ਕਲੀਨਿਕਲ ਮੈਡੀਕਲ ਰਿਸਰਚ ਸੈਂਟਰ ਫਾਰ ਇਨਫੈਕਸਿਸ ਡਿਸੀਜ਼ ਅਤੇ ਸਾਊਥ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਖੋਜਕਰਤਾਵਾਂ ਦੇ ਸਾਂਝੇ ਯਤਨਾਂ ਨਾਲ ਲਈ ਗਈ ਹੈ। ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਨਾ ਸਿਰਫ ਪ੍ਰਸ਼ਾਸਨ ਦੇ ਸਭ ਵਿਭਾਗਾਂ, ਸਕੂਲਾਂ, ਕਾਲਜਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲੈਣ ਤੇ ਤੁਰੰਤ ਰੋਕ ਲਗਾ ਦਿੱਤੀ ਹੈ, ਸਗੋਂ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਤੇ ਸ਼ਰਾਬ ਦੇ ਸੇਵਨ ਦੀ ਮਾਤਰਾ ਦਾ ਪਤਾ ਲਾਉਣ ਲਈ ਇਸਤੇਮਾਲ ਹੋਣ ਵਾਲੇ ਬ੍ਰੇਥ ਐਨਲਾਈਜ਼ਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੋਕਣ ਨੂੰ ਕਹਿ ਦਿੱਤਾ ਹੈ। ਉਧਰ ਪ੍ਰਸ਼ਾਸਕ ਨੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਬਾਇਓਮੈਟ੍ਰਿਕ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਕ ਦੇ ਨਵੇਂ ਨਿਰਦੇਸ਼ਾਂ ਮੁਤਾਬਿਕ ਸੋਮਵਾਰ ਤੋਂ ਅਧਿਕਾਰੀ ਅਤੇ ਕਰਮਚਾਰੀ ਰਜਿਸਟਰ ਤੇ ਹਸਤਾਖਰ ਕਰਕੇ ਆਪਣੀ ਹਾਜ਼ਰੀ ਦਰਜ ਕਰਾਉਣਗੇ। ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਯੂਟੀ ਸਕੱਤਰੇਤ ਵਿੱਚ ਅਧਿਕਾਰੀਆਂ ਨਾਲ ਕੋਰੋਨਾ ਨੂੰ ਲੈ ਕੇ ਇੱਕ ਸਮੀਖਿਆ ਬੈਠਕ ਲਈ। ਬੈਠਕ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਵਿੱਚ ਕੋਰੋਨਾ ਤੋਂ ਬਚਣ ਲਈ PGI GMCH 32 ਅਤੇ GMSH 16 ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕਰ ਦਿੱਤੇ ਗਏ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। WHO ਮੁਤਾਬਿਕ ਇਹ ਮੰਨ ਲੈਣਾ ਕਿ ਵੱਡੀ ਭੁੱਲ ਹੋਏਗੀ ਕਿ ਗਰਮੀ ਦੇ ਮੌਸਮ ਵਿੱਚ ਇਹ ਜਾਨਲੇਵਾ ਵਾਇਰਸ ਖਤਮ ਹੋ ਜਾਏਗਾ। ਸੰਗਠਨ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸਾਰੇ ਦੇਸ਼ਾਂ ਨੂੰ ਇਸ ਬਾਰੇ ਸਾਵਧਾਨ ਕਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਗਰਮੀ ਵਿੱਚ ਇਹ ਵਾਇਰਸ ਖਤਮ ਹੋ ਜਾਂਦਾ ਹੈ ਤਾਂ ਇਹ ਭਗਵਾਨ ਦੇ ਵਰਦਾਨ ਵਾਂਗ ਹੋਏਗਾ। CNBC ਵਿੱਚ ਛਪੀ ਰਿਪੋਰਟ ਮੁਤਾਬਿਕ ਵਿਸ਼ਵ ਸਿਹਤ ਸੰਗਠਨ ਡਾਇਰੈਕਟਰ ਮਾਈਕ ਰਾਇਨ ਨੇ ਸ਼ੁੱਕਰਵਾਰ ਨੂੰ ਜਨੇਵਾ ਵਿੱਚ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਦੀ ਸਮਰੱਥਾ ਵੱਧ ਰਹੀ ਹੈ ਤੇ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਮੌਸਮੀ ਇਨਫੈਕਸ਼ਨ ਹੈ ਅਤੇ ਗਰਮੀਆਂ ਵਿੱਚ ਆਪਣੇ ਆਪ ਗਾਇਬ ਹੋ ਜਾਏਗਾ। ਉਹਨੇ ਕਿਹਾ ਕਿ ਸਾਡੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਫਲੂ ਤੇ ਇਨਫਲੂਐਂਜ਼ਾ ਜਿਹੇ ਇਨਫੈਕਸ਼ਨ ਮੌਸਮੀ ਹੁੰਦੇ ਨੇ ਅਤੇ ਗਰਮੀਆਂ ਵਿੱਚ ਇਹਨਾਂ ਦਾ ਅਸਰ ਨਾ ਦੇ ਬਰਾਬਰ ਰਹਿੰਦਾ, ਪਰ ਕੋਰੋਨਾ ਵਾਇਰਸ ਦੇ ਬਾਰੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਸਥਾਨੀ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਗੁਰਦੁਆਰਿਆਂ ਵਿੱਚ ਲੋਕਾਂ ਨੂੰ ਮੁਫ਼ਤ ਮਾਸਕ ਵੰਡੇਗੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਇਹ ਫੈਸਲਾ ਬਾਜ਼ਾਰ ਵਿੱਚ ਮਾਸਕ ਦੀ ਕਮੀ ਅਤੇ ਵਾਧੀ ਕੀਮਤਾਂ ਦੇ ਮੱਦੇਨਜ਼ਰ ਕੀਤਾ ਤਾਂ ਜੋ ਆਮ ਆਦਮੀ ਨੂੰ ਬਚਾਅ ਲਈ ਜ਼ਰੂਰੀ ਯੰਤਰ ਉਪਲਬਧ ਕਰਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਦੀ ਬੈਠਕ ਵਿੱਚ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੁਝਾਅ ਦਿੱਤਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਕਮੇਟੀ ਨੂੰ ਸਰਕਾਰ ਅਤੇ ਸਮਾਜ ਨਾਲ ਇਕਜੁੱਟਤਾ ਜਤਾਉਂਦੇ ਹੋਏ ਦਿੱਲੀ ਦੇ ਸਾਰੇ ਗੁਰਦੁਆਰਿਆਂ ਨੂੰ ਮੁਫ਼ਤ ਮਾਸਕ ਅਤੇ ਹੋਰ ਮੈਡੀਕਲ ਯੰਤਰ ਉਪਲਬਧ ਕਰਾਉਣੇ ਚਾਹੀਦੇ ਨੇ। ਸਿਰਸਾ ਨੇ ਵੀ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ 8 ਮਾਰਚ ਯਾਨੀ ਕੱਲ 10,000 ਮਾਸਕ ਵੰਡੇ ਜਾਣਗੇ। ਇਸ ਤੋਂ ਬਾਅਦ ਲੋਕਾਂ ਦੀ ਮੰਗ ਅਤੇ ਜ਼ਰੂਰਤ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਵਿੱਚ ਬਾਕੀ ਗੁਰਦੁਆਰਿਆਂ ਵਿੱਚ ਵੀ ਮਾਸਕ ਅਤੇ ਹੋਰ ਯੰਤਰ ਮੁਫ਼ਤ ਵੰਡੇ ਜਾਣਗੇ। ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਨੇ ਪੁਖਤਾ ਪ੍ਰਬੰਧ ਕਰ ਲਏ ਨੇ। ਸੂਬੇ ਦੇ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਨੇ। ਬਾਇਓਮੈਟ੍ਰਿਕ ਅਟੈਂਡੈਂਸ ਬੈਨ ਕਰਤੀ ਗਈ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੇ ਵੱਡੇ ਪ੍ਰੋਗਰਾਮ ਰੱਦ ਕਰਦੇ ਗਏ ਨੇ।
इस दे नाल ही सवेरे हुशियारपुर के दो लोगों के कोरोना वायरस टेस्ट पॉजिटिव पाए गए, जिसते हुण सूबे के सेहत मंत्री बलबीर सिद्धू का बयान आया। सेहत मंत्री बलबीर सिद्धू ने कहा है कि दिल्ली तो आई रिपोर्ट विच इन्हां दी रिपोर्ट पॉजिटिव आई है, पर इन्हां दे सैंपल टेस्ट लई पुणे भेजे गए ने, जिन्हां दी रिपोर्ट तो बाद ही पुष्टि होएगी। इस दे नाल ही उन्होंने कहा कि जेडे भी मरीज विच इस वायरस के लक्षण पाए जाते हैं, जेकर वह जांच लई तैयार ना होण तां उन्हां नूं सख्ती कर हस्पताल ले जाया जाए। नाल ही सेहत मंत्री बलबीर सिद्धू ने कहा कि इस संबंधी अमृतसर विच लैब बनाई जा रही है, स्कूलों विच सवेरे होने वाली असैम्बली नूं भी रोक दिता गया। डिपार्टमेंट की बड़ी मैं इस गल शाबाश देना है कि जो साड़ी टीम लगियां ने 28 तो उच्च सीमा जड़े काम कर रही ने और ऑनगोइंग है, तो ये जो दो पेशेंट जो पैसेंजर आए थे उन्होंने जो रिजल्ट है कल दिल्ली की लैब ने पॉजिटिव दिता है, तो लेकिन अज असी वो जोड़ा रिजल्ट दोबारा रिव्यू कराने वास्ते भी शायद कोई सस्पेंशन रहना जाए तो वो असी भेजा है पुणे लैबोरेटरी में, तो पुणे तो आज शाम तक वह रिजल्ट आ जाऊगा और असी दोनों जोड़े इस वे पैसेंजर है दोनों आइसोलेशन वार्ड के दाखिल किया है और वो कह रहा अंडर ऑब्जरवेशन ने और उन्होंने हर तरीके जो ट्रीटमेंट आ वह चल रहा है और उदू बाद कि भी जिन्हें बंदे उस जहाज च आए थे उन्होंने सारे का भी जी हिस्टरी है वह कलैक्ट की जा रही है, प्लस सारा की स्क्रीनिंग हुई है और उन्होंने सारा जरा होम क्वारंटाइन जो रखा जा रहा है और बकायदा डीसी साहब जो पूरे पंजाब के अंदर सारे निर्देश दिए गए हैं कि तुम इनू परसे तौर पर मोनीटरिंग करो यदि कितने कोई जरूरत पैंती है तो तुम कानून के तहत भी तुम कार्रवाई कर सकते हो। जो बाय द वे पहली गल तो रिक्वेस्ट करो जोड़े इदा के पैसेंजर आते हैं कि ज कोई सामने आते हैं केस सिमटम आए कि हॉस्पिटल में तरजीह दे, तो जो बाय दी भी कोई बंदा नहीं कि मैं ठीक ठाक है मैं तो नहीं करना चाहता उन्होंने फोर्सिबली भी तुम करवा सकते हैं और उन्होंने सारे असी प्रोपर तरीके जो ट्रीटमेंट है सारा कुछ सरकार वालों फ्री किया जा रहा है और कोई 850 तक जो बैड असी आइसोलेशन वार्डा के जोड़े तैयार रखे हुए ने, जिमें ज्ञान सागर हो गया, मेडिकल कॉलेज ने, हॉस्पिटल ने, डिस्ट्रिक्ट हॉस्पिटल, तहसील लैवल के हॉस्पिटल ने और एयरपोर्टा तो बकायदा टीम हर वक्त तैयार बैठिया ने। अज हूँ ही मैं नवा एक होर निर्देश जारी किए ने डिपार्टमेंट वालों, बकायदा मैं व्हाट्सएप आ गया कि जिहड़ियां बसां एयरपोर्ट तो चल के सीधिया पंजाब च आउंदियां ने ते कोई पेशेंट बाय दी वे स्क्रीन नहीं हो सकिया दिल्ली दे विच तो उन्होंने पंजाब की एंट्री पॉइंट से राजपुरा के उन्होंने चेक करके भी खैर उतों जो कोई सिमटम वाला इदा कोई पेशेंट मिलता है पैसेंजर मिलता है तो उन्होंने बनूर जा प्लस पटियाला जोड़ा मेडिकल कॉलेज के ले जाया जाए। स्कूलों जोड़े सवेरे मॉर्निंग असैम्बली होंगी सी उन्होंने भी असं बंद किया। कोरोना वायरस ने पंजाब विच भी दस्तक दी है। इटली तो वापस आए हुशियारपुर के 3 शकी मरीजों चो 2 की प्रीलिमिनरी टेस्ट रिपोर्ट पॉजिटिव आई है, जिस तो बाद उन्होंने अमृतसर स्थित GMCH विच दाखिल कराया गया। सूबा सरकार हुण उन्हां दी पुणे तो आने वाली फाइनल रिपोर्ट का इंतजार कर रही है ता जे स्थिति स्पष्ट हो सके। उधर इस मामले नूं लैके पंजाब दे कैबिनेट मंत्री OP सोनी ने अमृतसर प्रशासन नाल गलबात की, जिस दौरान उन्होंने कहा कि प्रशासन वालों इस मामले नूं लैके पूरी सावधानी वरती जा रही है। ਸਾਡੇ 2 ਪੇਸ਼ੈਂਟ ਜਿਹੜੇ ਬਾਹਰ ਤੋਂ ਆਏ ਜੀ ਫੋਰਨ ਕੰਟਰੀ ਤੋਂ, ਉਹਨਾਂ ਦੇ ਥੋੜ੍ਹਾ ਸ਼ੱਕ ਸੀ, ਸੈਂਪਲ ਉਹਨਾਂ ਦੇ ਭੇਜੇ, ਉਹ ਜਿਹੜੇ ਨੇ ਪੌਜ਼ਿਟਿਵ ਹੋਏ ਨੇ ਦੋਵਾਂ 'ਚ, ਸੋ ਉਹਦੇ ਕਰਕੇ ਅੱਜ ਮੀਟਿੰਗ ਕੀਤੀ ਆ। ਵੈਸੇ ਤਾਂ ਅਸੀਂ ਇੱਕੋ ਹੀ ਮੈਸੇਜ ਦਿੱਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ, ਸਾਡਾ ਸਿਸਟਮ ਬਿਲਕੁਲ ਠੀਕ ਚੱਲ ਰਿਹਾ, ਪਰਮਾਤਮਾ ਦੀ ਕਿਰਪਾ, ਪਰ ਫਿਰ ਵੀ ਤਿਆਰ ਰੱਖਣ ਦੀ ਲੋੜ ਆ। ਸੋ ਜਿੰਨੇ ਵੀ ਅਰੇਂਜਮੈਂਟ ਨੇ ਉਹਨਾਂ 'ਤੇ ਅਸੀਂ ਰਿਵਿਊ ਕੀਤਾ ਅੱਜ ਦੀ ਮੀਟਿੰਗ 'ਚ, ਸੋ ਸਾਰੇ ਅਫਸਰ ਸੰਭਾਲ ਲੱਗੇ ਨੇ। ਜੇ ਕੋਈ ਪਰਮਾਤਮਾ ਕੋਈ ਜਿਹੀ ਗੱਲ ਹੁੰਦੀ ਆ ਫਿਰ ਸਾਡੇ ਵੱਲੋਂ ਸਾਰੇ ਹੈਲਥ ਡਿਪਾਰਟਮੈਂਟ ਵੱਲੋਂ ਸਾਰਾ ਸਿਸਟਮ ਤਿਆਰ ਆ, ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ। ਰੁਕਾਲੇ ਨੇ ਦੇਸ਼ ਦੀਆਂ ਅਹਿਮ ਖਬਰਾਂ ਵੱਲ। ਨਿਰਭਿਆ ਗੈਂਗਰੇਪ ਅਤੇ ਕਤਲ ਮਾਮਲੇ ਵਿੱਚ ਦੋਸ਼ੀਆਂ ਵੱਲੋਂ ਫਾਂਸੀ ਨੂੰ ਲਟਕਾਉਣ ਲਈ लगातार नवे तो नवे दा पेश खेटे जा रहे हैं। ताज़ा जानकारी मुताबिक इस मामले विच दोषी मुकेश शर्मा नूं सुप्रीम कोर्ट ने राहत देने तो इनकार करते हुए पटीशन खारिज कर दी है,
दरअसल मुकेश के वकील एम एल शर्मा ने सुप्रीम कोर्ट में रजिस्ट्री राही मांग करते हुए जल्द सुनवाई की गुहार लगाई सी। हालांकि सुप्रीम कोर्ट ने इस मांग वाली पटीशन खारिज कर दी है। पटीशन विच मांग की गई सी कि मामले की सुनवाई 9 मार्च यानी सोमवार को की जाए, पर सुप्रीम कोर्ट ने जल्द सुनवाई करने तो इनकार कर दिया। दोषी मुकेश के वकील एम एल शर्मा मुताबिक सुप्रीम कोर्ट 16 मार्च को सुनवाई करेगा। यस बैंक के संस्थापक अते साबका सीईओ राणा कपूर नू इनफोर्समेंट डायरेक्टोरेट के दफ्तर विच पुछगिछ लई बुलाया गया। अधिकारी ने कहा सी कि यह छापा पश्चिमी मुंबई स्थित उन्होंने समुद्र महल निवास से मारे गया सी। एक कार्रवाई मनी लॉन्ड्रिंग रोकू एक्ट के तहत की गई सी। इसका उद्देश्य होर सबूत इकट्ठे करना सी। केंद्रीय एजेंसी कपूर की भूमिका एक कारपोरेट इकाई नू कर्जे की वंड अते उस तो बाद कथित तौर पर उसकी पत्नी के खाते विच प्राप्त हुई कथित वापसी की जांच कर रही है। उन्होंने कहा कि कुछ होर कथित बेनियम भी एजेंसी की जांच अधीन। रुका लेने पंजाब वल ते गल करदे आम आदमी पार्टी की। आम आदमी पार्टी के नेता हरपाल चीमा वालों पंजाब विच टाइल माफिया पैदा होने के मामले को लेकर दिए बयान से सियासत पक गई है। इंटरलॉक फैक्टरी वेलफेयर एसोसीएशन के आगुआ ने ऐलान किया कि हरपाल चीमा वालों दिता बयान तथा तो परे है। उन्होंने कहा कि चीमा अपने बयान को लेकर माफी मंगे तो अजिहा ना होया तो हरपाल चीमा की कोठी घेरनगे। विरोधी धर के नेता आप विधायक जिन्होंने एक बड़ा ही निंदनयोग बयान दिता भी इंटरलॉक टायल दे विच एक माफिया पैदा हो चुका है। तो असी यह बयान सुन के वो सोशल मीडिया से जो वायरल वीडियो हुई है और साढ़े समुची इंडस्ट्री के हिरदे बलूंदरे गए हैं और सानू बहुत इस गल का दुख होया। असी चीमा साहब ने गल कहना चाहते हैं भी ये जो तुसी बयान दिता है बिना सोचे समझे बिना के इस प्रोडक्ट से स्टडी किए तुम बयान दिता है। तुम अपना बयान तुरंत वापस लो और समुची टैल इंडस्ट्री तो माफ़ी मंगो जनतक तौर पर। अगर तुम ये माफ़ी जनतक तौर पर नहीं मंगते तो असं तुम एक हफ्ते का टाइम दें असी हफ्ते बाद कोठी का समुची इंडस्ट्री लैके कोठी का घराव करा कि बयान के नाल सानू बहुत ज़्यादा दुख होया। बेमौसमी भारी बरसात ते गड़ेमारी ने किसानों दी उम्मीदां उत्ते पानी फेर दिता है क्योंकि ऐतकी चंगी अते परमी फसल होने की उम्मीद नाल कुछ पल्ले पैण अते खर्चे मुड़न की उम्मीद सी, पर पहला ही कर्जे की मार चल रहे किसानों लई इह बरसात आफत बन के जाती है। मोगा की गल करिए तां कणकां धरती दे विच गईआं ने, खेतों विच पानी भर गया अते कई हिस्सों विच गड़ेमारी नाल फसलां तबाह हो गईआं। ये जी बहुत ज़्यादा ये गड़िया ना डिगण करके नुकसान फसल का बहुत ज़्यादा हो रहा है जी। झाड़ बहुत कमी आऊगी ये बहुत जिमीदार नुकसान होगा जी। उधर सबका संसद मैंबर प्रोफेसर प्रेम सिंह चंदूमाजरा ने कहा कि पंजाब सरकार बेमौसमे मीह कारण फसल के नुकसान का बनता मुआवजा जल्द दे। उन्होंने कहा कि पंजाब के किसान पहला ही रोल रहे हैं इसलिए सरकार को चाहिए कि उन्होंने बांह फड़े। इतने दस दिए कि चंदूमाजरा पटियाला पहुंचे सर। अज वैसे जो बारिश ने नुकसान किया बारिश ने मैं समझता 60% तो वध कणक का नुकसान होया, खास तौर पर पटियाला संगरूर आ मालवा खेता सारे दे विच ही। पहली गल तो इहदा मुआवजा मंगदे आ सी और मुआवजा भी तुरंत मंगदे आ क्योंकि पिछले साल का भी कणक दे खराबे का मुआवजा 1.5 साल बाद मिलिया, फिर झोने का मुआवजा उस तो पहले सालों का पटियाले जिले च मिले ही नहीं सी। तो इतने टमाटरों की फसल मटरों की फसल वो भी बड़ा बड़ा नुकसान होया। कैप्टन अमरिंदर सिंह होर मैं जरूर बेनती करांगा कि पंजाब का किसान बिल्कुल मरण किनारे आया खड़ा, बेबस होया खड़ा, सबर का प्याला भर चुकया और जिवें पंजाब के लोगों ना लारे ला ला के सत्ता हासिल की कितने कर्जा माफ़ करने की गल घर घर नौकरी देने की गल स्मार्टफोन देने की गल उस तरह के लारे हुण सहन नहीं कर सकेगा पंजाब का किसान। बड़े दुख की गल है कि पंजाब सरकार जदों जैसा राजा तैसी परजा वो हाल होया पिया। जे राजा साहब सुते पे हैं तो अफसर ने तो सोना है ही है। तो मैं समझदा कि लोग हाहाकार मची पई है, कुरला रहे हैं, कणकां डिगिया पईआं ने, कोई भी अधिकारी किसी तरह सार लैण लई मौके ते नहीं पहुँचा। इहदे नाल दुख जनी होर दुगुणा हो रहा। जे दुख दे भी जाके कोई सहाई होवे प्रशासन वल्लों तां मैं समझदा कोई धरवास मिल सकदा सी,
अजे तक इस तरह की कोई कार्रवाई सरकार वालों ना करना भी लापरवाही की निशानी है। श्रोमणी अकाली दल बादल नूं छड़ के आए सरदार सुखदेव सिंह ढींसा बठिंडा विच पोला सिंह दे घर पहुंचे अते उन्हां दे नाल साबका जथेदार दमदमा साहिब बलवंत सिंह नंदगढ़ अते साबका मैंबर ऑफ पार्लियामेंट परमजीत कौर गुलशन भी पहुंचे अते ओह अकाली दल नूं अलविदा कह के सुखदेव सिंह ढींसा दे ग्रुप विच शामिल हो गए ने। उन्होंने दोष लगाया कि श्रोमणी अकाली दल बादल विच एससी एमएलए नूं अणगौलिया कीता जा रहा अते उन्हां दीआं होर हलकियां विच बदलियां कीतियां जा रही ने जिस तों दुखी होके वो अकाली दल बादल नूं छड्ड रहे ने। ढींसा ने इस मौके बादल ते तिखे निशाने साधे। उत्ते साडे ए सिंह साहब गए सारे एसजीपीसी दे मुलाजमां नूं मत्था टेकण गए सी क्योंकि सब तों पहलां साडी धर्म दे तौर ते जिम्मेवारी सी कि मैं पहला मत्था टेका तख्त ते जाके उस तख्त साहब तों सारे मुलाजमान नूं कहा भी उन्हां नूं कोऑपरेट नहीं करना। ये सरोपे भी अपने कोलों लैके गए उत्थे सरोपे हर बंदे नूं देण दी जिम्मेवारी बनती है कोई आवे तो लेकिन उत्थे सारयां नूं कहता भी इन्हां नूं कोई कोऑपरेट नहीं करना कोई सरोपा नहीं देना कोई मुलाजम नहीं आया। किन्नी छोटी गल है इदूं छोटी मैं कहना हो नहीं सकती। इस धर्म तख्त सारयां दा सांझा है एक उसे किसी एस जी पी सी कल नहीं है। एक तो मैं सुखबीर ने एक गल कही उन्हें भी कहा ना मैं वो दिते मैं क्या वो कौन होंगे उन्हें कदे अकाली दल ने कोई काम किया एक प्रसेंट दिखा दे असी तो जेल दिखा देंगे ना असी तो टाडा दे अंदर नैशनल सिक्योरिटी एक्ट के अंदर सारे थान से असी तो जेल कट्टिया ने मैं क्या वो कर वो दिखा दे एक दिन वो प्रधानगी लिए बैठा उन्हें एक दिन कोई जेल कट्टी हो एक दिन कोई अकाली दल का काम किया होर करो। नंबर दो की बाल साहब न असी नहीं चीफ मिनिस्टर बनाते रहे की बाल साहब ने हूँ सानू छड़े है साढ़े साढ़े असी नहीं बनाते रहे चीफ मिनिस्टर बाल साहब न इस करके ये गल् करनिया सौखिया कहनिया सौखिया करनिया बड़िया औखिया। श्रोमणी अकाली दल बादल नालों वक्ख होए सुखदेव सिंह ढींसा नूं साबका संसद मैंबर प्रोफेसर प्रेम सिंह चंदूमाजरा ने नसीहत दिती है। नाभा पहुंचे चंदूमाजरा ने कहा कि श्रोमणी अकाली दल दे पंजाब ते पंजाबीयत लई वड्डे काम कीते ने लिहाजा सारे हमख्याल लोगों नूं अकाली दल नाल डटना चाहिए। उन्होंने कहा कि कांग्रेस सिखां दी दुश्मन जमात है। नहीं श्रोमणी अकाली दल विच फर्क नहीं कोई कह सकदा श्रोमणी अकाली दल श्रोमणी अकाली दल आ श्रोमणी अकाली दल एक सिद्धांत आ श्रोमणी अकाली दल कोई व्यक्ति जां परिवार नहीं है श्रोमणी अकाली दल एक सोच नाल खड़ा श्रोमणी अकाली दल की एक बहुत वड्डी विरासत आ श्रोमणी अकाली दल ने पंथक हितां लई पंथक विचारधारा लई हमेशा ही आवाज़ बुलंद की आ जिथे हर वर्ग की राखी लई हर वर्ग के सुरक्षा लई हर वर्ग के लोगों नूं अगे लिजाउण लई खास तौर पर पंजाबियों नूं पंजाबीयत नूं अगे वधाउण लई और पंजाब के हकां लई श्रोमणी अकाली दल ने लड़ाई लड़ के एक अपनी वक्री पहचान मुल्क दे विच बनाई। नहीं मैं समझदा कि सानू जिहड़ा है कुदरती तौर पर पार्टी लई पार्टी हितां लई लाजमी तौर पर पार्टी की चढ़ती कला लई सोचण दी लोड़ आ अज दे समें विच क्योंकि जिहड़ी कांग्रेस पार्टी आ कांग्रेस ने पंजाब नूं बहुत बड़ा दगा दिता मैं तो समझदा आजाद भारत दे विच पंजाबी भाषा नाल पंजाब दे पाणियां नाल पंजाबी इलाकियां नाल जे किसी ने गुजारी की कांग्रेस पार्टी ने की। मुख्यमंत्री के महल पटियाला वित्त मंत्री मनप्रीत सिंह बादल ने पटियाला के एम पी परनीत कौर नाल खास गलबात की। इस मौके परनीत कौर ने वित्त मंत्री पंजाब मनप्रीत सिंह बादल जी बजट 2020-21 पटियाला के विकास लोड़ींदे फंड अलर्ट करने धन्नवाद किया जिस विच पंजाबी यूनिवर्सिटी की सालाना ग्रांट विच 6% का वादा भी किया गया। इस नाल ही उन्होंने अपील की गई है कि वह पंजाब की सर्वोत्तम यूनिवर्सिटी की वित्तीय मुश्किलों नूं हल करने लई विशेष पैकेज की प्रवानगी दे। कौमी त्यौहार होला मोहल्ला का पहला पड़ा अज कीरतपुर साहिब विखे संपन्न हो गया अते इसका अगला पड़ा आनंदपुर साहिब विखे शुरू हो रहा है। पेश है इस बारे साडी खास रिपोर्ट। होले मोहल्ले का पहला पड़ा खत्म श्री अखंड पाठ साहिब दे पाए गए भोग खालसाई शान के प्रतीक कौमी त्यौहार होला महला का पहला पड़ा अज कीरतपुर साहब के गुरद्वारा पतालपुरी साहब विखे जुगो जुग अटल
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਸਮਾਪਤ ਹੋ ਗਿਆ ਅਤੇ ਮੇਲਾ ਆਪਣੇ ਅਗਲੇ ਪੜਾਅ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੁੱਲਾ ਸਿੰਘ ਨੇ ਕੀਤੀ। ਉਪਰੰਤ ਹੁਕਮਨਾਮਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਲਿਆ। ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਮਾਜ ਵਿੱਚ ਫੈਲੇ ਹਨੇਰੇ ਨੂੰ ਦੂਰ ਕੀਤਾ ਅਤੇ ਹੋਲੀ ਨੂੰ ਹੋਲੇ ਮਹੱਲੇ ਦਾ ਨਵਾਂ ਸਰੂਪ ਦੇ ਕੇ ਸਿੱਖ ਸੰਗਤ ਵਿੱਚ ਨਿਆਰੇਪਣ ਦੀ ਮਿਸਾਲ ਪੈਦਾ ਕੀਤੀ। ਉਹਨਾਂ ਸਿੱਖ ਕੌਮ ਨੂੰ ਸ਼ਰਧਾ ਸਤਿਕਾਰ ਸਹਿਤ ਹੋਲਾ ਮਹੱਲਾ ਮਨਾਉਣ ਦੀ ਅਪੀਲ ਕੀਤੀ। ਉਹਨਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਹੋਲੇ ਮਹੱਲੇ ਦੇ ਤਿਉਹਾਰ ਦੀ ਬਖਸ਼ਿਸ਼ ਕੀਤੀ ਹੈ ਔਰ ਸਦੀਆਂ ਤੋਂ ਲੈ ਕੇ ਸਮੁੱਚਾ ਖਾਲਸਾ ਪੰਥ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਕੀਰਤਪੁਰ ਸਾਹਿਬ ਵਿਖੇ ਜੋੜ ਮਿਲ ਕਰਕੇ ਖਾਲਸੇ ਦਾ ਇਹ ਪਾਵਨ ਤਿਉਹਾਰ ਬਹੁਤ ਹੀ ਚੜ੍ਹਦੀ ਕਲਾ ਵਿੱਚ ਇਕਜੁੱਟ ਹੋ ਕੇ ਇਕਾਗਰਤਾ ਦੇ ਨਾਲ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਨਾਲ ਮਨਾਉਂਦਾ ਆ ਰਿਹਾ ਔਰ ਇਸ ਵਾਰ ਵੀ ਖਾਲਸੇ ਦਾ ਇਹ ਕੌਮੀ ਤਿਉਹਾਰ ਪਾਵਨ ਤਿਉਹਾਰ 10 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਹੋਲੇ ਮਹੱਲੇ ਦੇ ਸਮਾਗਮਾਂ ਦੀ ਆਰੰਭਤਾ ਗੁਰਦੁਆਰਾ ਪਤਾਲਪੁਰੀ ਸਾਹਿਬ ਜੀ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਕੇ ਕੀਤੀ ਗਈ ਸੀ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ ਔਰ ਕੱਲ੍ਹ ਸਵੇਰ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੰਗਤਾਂ ਨੇ ਵਹੀਰਾਂ ਕੱਤ ਕੇ ਪੁੱਜਣਾ ਔਰ ਉੱਥੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਗੁਰਮਤਿ ਦੀਵਾਨਾਂ ਦੀ ਆਰੰਭਤਾ ਕਰ ਦਿੱਤੀ ਜਾਏਗੀ। ਹੋਲੇ ਮਹੱਲੇ ਦਾ ਜੋ ਮੇਨ ਤਿਉਹਾਰ ਹੈ ਜਿਸ ਦਿਨ ਹੋਲਾ ਮਹੱਲਾ ਉੱਥੋਂ ਆਰੰਭ ਕੀਤਾ ਜਾਣਾ ਉਹ ਹੈ 10 ਮਾਰਚ ਦੁਪਹਿਰ 12 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਮਹੱਲੇ ਦੀ ਆਰੰਭਤਾ ਕੀਤੀ ਜਾਣੀ ਹੈ। ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਹਨਾਂ ਪਾਵਨ ਤਿਉਹਾਰਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਦਾ ਆਪਾਂ ਸਾਰੇ ਯਤਨ। ਦੱਸ ਦਈਏ ਕਿ ਹੋਲੇ ਮਹੱਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਆਪੋ ਆਪਣੇ ਵਾਹਨਾਂ ਉੱਤੇ ਸਵਾਰ ਹੋ ਕੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀਰਾਂ ਕੱਤ ਕੇ ਪਹੁੰਚ ਰਹੀਆਂ ਨੇ। ਵੱਖ ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਗਿਲਟੀ ਵਿੱਚ ਇੱਕ ਮਾੜੇ ਚਰਿੱਤਰ ਵਾਲੇ ਕਿਰਦਾਰ ਦਾ ਨਾਂ ਨਾਨਕੀ ਰੱਖਣ ਤੇ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਨੈੱਟਫਲਿਕਸ ਨੂੰ ਲੀਗਲ ਨੋਟਿਸ ਭੇਜਿਆ। ਉਹਨਾਂ ਨੇ ਫਿਲਮ ਆਪਰੇਸ਼ਨ ਪਰਿੰਦੇ ਵਿੱਚ ਅੰਮ੍ਰਿਤਾਰੀ ਸਿੰਘਾਂ ਨੂੰ ਅੱਤਵਾਦੀ ਦੱਸਣ ਤੇ ਜ਼ੀ ਟੀਵੀ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਤੇ ਦੋਵਾਂ ਫਿਲਮਾਂ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਸਿੱਖ ਸੰਗਤ ਤੋਂ ਮਾਫ਼ੀ ਮੰਗ ਲਈ ਗਿਆ। ਆਪਣੇ ਵਕੀਲ ਅਵਨੀਤ ਕੌਰ ਰਾਹੀਂ ਭੇਜੇ ਨੋਟਿਸ ਵਿੱਚ ਸਿਰਸਾ ਨੇ ਡਾਇਰੈਕਟਰ ਰੁਚੀ ਨਾਰਾਇਣ, ਧਰਮਾ ਪ੍ਰੋਡਕਸ਼ਨਸ ਪ੍ਰਾਈਵੇਟ ਲਿਮਿਟਡ ਦੇ ਪ੍ਰੋਡਿਊਸਰ ਅਤੇ ਨੈੱਟਫਲਿਕਸ ਐਂਟਰਟੇਨਮੈਂਟ ਸਰਵਿਸਿਜ਼ ਲਿਮਿਟਡ ਨੂੰ ਆਖਿਆ ਕਿ ਉਹ ਫਿਲਮ ਅਤੇ ਇਸਦੇ ਪ੍ਰੋਮੋ ਤੁਰੰਤ ਡਿਲੀਟ ਕਰਨ ਅਤੇ ਸਿੱਖ ਸੰਗਤ ਕੋਲੋਂ ਮਾਫ਼ੀ ਮੰਗਣ, ਨਹੀਂ ਤਾਂ ਉਹ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਸਿਰਸਾ ਨੇ ਕਿਹਾ ਕਿ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਵੱਡੀ ਭੈਣ ਜੀ ਦਾ ਨਾਮ ਸੀ ਅਤੇ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਵਿਸ਼ੇਸ਼ ਮਹੱਤਤਾ ਹੈ। ਸਿਰਸਾ ਨੇ ਫਿਲਮ ਆਪਰੇਸ਼ਨ ਪਰਿੰਦੇ ਦੇ ਪ੍ਰੋਡਿਊਸਰ, ਡਾਇਰੈਕਟਰ ਅਤੇ Z5 ਫਿਲਮ ਨੂੰ ਵੀ ਲੀਗਲ ਨੋਟਿਸ ਭੇਜਿਆ। ਉਹਨਾਂ ਦੱਸਿਆ ਕਿ ਇਸ ਫਿਲਮ ਵਿੱਚ ਅੰਮ੍ਰਿਤਾਰੀ ਸਿੱਖਾਂ ਨੂੰ ਅੱਤਵਾਦੀ ਦੱਸਿਆ ਗਿਆ ਅਤੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅੰਮ੍ਰਿਤਾਰੀ ਸਿੱਖ ਉਹ ਸਿੱਖ ਹੁੰਦਾ ਹੈ ਜੋ ਰੱਬ ਦੀ ਸੇਵਾ ਵਾਸਤੇ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਣ ਬੁੱਝ ਕੇ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ। ਉਹਨਾਂ ਨੂੰ ਭਾਰਤ ਵਿੱਚ ਉਸ ਵੇਲੇ ਅੱਤਵਾਦੀ ਕਰਾ ਦਿੱਤਾ ਜਾ ਰਿਹਾ ਜਦੋਂ ਦੁਨੀਆ ਭਰ ਵਿੱਚ ਵੱਖ ਵੱਖ ਮੁਲਕਾਂ ਵਿੱਚ ਸਿੱਖਾਂ ਦੀ ਵਡਿਆਈ ਹੋ ਰਹੀ ਹੈ। ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਵੱਲੋਂ ਮਹਿਲਾ ਵਿਕਾਸ ਦੇ ਮੌਕੇ ਤੇ ਇੱਕ ਸਮਾਰੋਹ ਕਰਾਇਆ ਗਿਆ ਜਿਸ ਦੌਰਾਨ ਪ੍ਰਧਾਨ ਸੁਮਿਤ ਪੁਰੀ ਨੇ ਡਾਕਟਰ ਅਨੁਪਮਾ ਨੂੰ ਉਸ ਦੇ ਸ਼ਲਾਘਾਯੋਗ ਕੰਮਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਨੇ। ਬਰਨਾਲਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਲਗਾਤਾਰ ਦੂਜੇ ਦਿਨ ਵੀ ਵੱਡੀ ਕਾਮਯਾਬੀ ਮਿਲੀ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਲਗਜ਼ਰੀ ਕਾਰਾਂ 'ਚ ਨਸ਼ਾ ਸਪਲਾਈ ਕਰਨ ਵਾਲੇ 3 ਨਸ਼ਾ ਤਸਕਰਾਂ ਨੂੰ 3 ਲੱਖ ਨਸ਼ੀਲੀ ਗੋਲੀਆਂ ਅਤੇ 2 ਲਗਜ਼ਰੀ ਕਾਰਾਂ ਸਮੇਤ ਕਾਬੂ ਕੀਤਾ ਹੈ। ਇੱਕ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ SP ਸੁਖਬੀਰ ਸਿੰਘ ਵਿਰਕ ਨੇ ਦੱਸਿਆ ਕਿ ਇੱਕ ਮੁਖਬਰ ਦੇ ਆਧਾਰ 'ਤੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੋਂ 2 ਲਗਜ਼ਰੀ ਕਾਰਾਂ 'ਚੋਂ 3 ਲੱਖ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ 2 ਲਗਜ਼ਰੀ ਕਾਰਾਂ ਵੀ ਮੌਕੇ 'ਤੇ ਬਰਾਮਦ ਕੀਤੀਆਂ ਗਈਆਂ ਨੇ ਅਤੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇੱਕ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਫੜਨ ਦੇ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਜ਼ਿਲ੍ਹਾ ਸੰਗਰੂਰ ਦੇ ਤੂਰੀ ਦੇ ਕੋਲ ਇੱਕ ਪਿੰਡ ਦੇ ਰਹਿਣ ਵਾਲੇ ਨੇ ਅਤੇ ਇਹ ਤਸਕਰ ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ ਜ਼ਿਲ੍ਹੇ 'ਚ ਨਸ਼ੀਲੀ ਗੋਲੀਆਂ ਸਪਲਾਈ ਕਰਦੇ ਸਨ। ਉਹਨਾਂ ਕਿਹਾ ਕਿ ਪੁਲਿਸ ਅੱਗੇ ਇਹਨਾਂ ਦੇ ਲਿੰਕ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇਹ ਨਹੀਂ, ਦੇਸ਼ ਚੁਣੇ ਦੀ ਬਾਕੀ ਖਬਰਾਂ ਦੀ ਜਾਣਕਾਰੀ ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ ਟੀਵੀ 'ਤੇ। ਧੰਨਵਾਦ।